ਜਦੋਂ ਅਸੀਂ ਜਿਸ ਪਾਸੇ ਸਾਡਾ ਦੇਸ਼ ਵੱਧ ਰਿਹਾ ਹੈਗਾ ਜਿਹੜੀ ਪਿੱਛੇ ਰਿਪੋਰਟਾਂ ਆਈਆਂ ਇੰਟਰਨੈਸ਼ਨਲ ਉਸ ਮੁਤਾਬਕ 10 ਸਾਲ ਪਹਿਲਾਂ ਸਾਰੇ ਦੁਨੀਆ ਦੀ ਸਿਰਫ ਜਿਹੜੀ 42% ਆਬਾਦੀ ਸੀ ਉਹ ਅਥਾਰਟੀਅਨ ਸਟੇਟ ਦੇ ਅੰਡਰ ਸੀਗੀ ਅਤੇ 10 ਸਾਲਾਂ ਦੇ ਵਿੱਚ ਫਰਕ ਹੈਗਾ ਸਾਰੇ ਸੰਸਾਰ ਦੇ ਉੱਤੇ ਉਹ 72% ਤੋਂ ਉੱਪਰ ਜਿਹੜੀ ਹੈ ਜਾ ਚੁੱਕੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਭਾਰਤ ਦੇ ਸੰਦਰਭ ਵਿੱਚ ਦੇਖਦੇ ਹਾਂ ਭਾਰਤ ਦੂਸਰੀਆਂ ਕਿਸੇ ਨੇਸ਼ਨ ਵਰਗਾ ਨੇਸ਼ਨ ਨਹੀਂ ਜਿੱਥੇ ਇੱਕੋ ਤਰ੍ਹਾਂ ਦੇ ਭੂਗੋਲਿਕ ਜੋਗ੍ਰਾਫੀਕਲ ਏਰੀਆ ਹੋਵੇ ਜਿੱਥੇ ਇੱਕੋ ਕਿਸਮ ਦੇ ਲੋਕ ਬੋਲੀ ਬੋਲਦੇ ਹੋਣ ਇੱਕੋ ਧਰਮ ਨੂੰ ਇੱਕੋ ਫੇਥ ਨੂੰ ਮੰਨਦੇ ਹੋਣ ਉੱਥੇ ਤਾਂ ਚੀਜ਼ਾਂ ਪੋਸੀਬਲ ਹੁੰਦੀਆਂ ਯੂਨੀਕੋਡ ਤੁਸੀਂ ਜਿਹੜਾ ਉਹ ਲਾਗੂ ਕਰ ਸਕਦੇ ਹੋ ਅਤੇ ਇਹ ਅਸੀਂ ਸਾਰੇ ਜਾਣਦੇ ਹਾਂ ਅਤੇ 1849 ਤੋਂ ਬਾਅਦ ਇਹ ਭਾਰਤ ਜਿਹੜਾ ਅਸੀਂ ਅੱਜ ਸੰਦਰਭ ਵਿੱਚ ਦੇਖ ਰਹੇ ਹਾਂ ਇਸ ਤੋਂ ਪਹਿਲਾਂ ਵੱਖ ਵੱਖ ਰਿਆਸਤਾਂ ਦੇ ਵਿੱਚ ਜੁੜਿਆ ਹੋਇਆ ਦੇਸ਼ ਹੈ ਜਦੋਂ ਸਾਡਾ ਦੇਸ਼ ਵਿੱਚ ਆਇਆ 540 ਰਿਆਸਤਾਂ ਤਾਂ ਉਦੋਂ ਹੀ ਸੀਗੀਆਂ 47 ਦੇ ਵਿੱਚ ਤਾਂ ਇਹਦੇ ਵਿੱਚ ਜਦੋਂ ਤੁਸੀਂ ਹਰ ਸਾਡੇ ਤਾਂ ਕਹਾਵਤ ਹੈ ਕਿ ਹਰ 12 ਕਿਲੋਮੀਟਰ ਤੋਂ ਬਾਅਦ ਜਾ ਕੇ ਇੱਕ ਜੀਵਨ ਸ਼ੈਲੀ ਲੋਕਾਂ ਦੀ ਹੋਰ ਤਰ੍ਹਾਂ ਦੀ ਬਦਲ ਜਾਂਦੀ ਹੈ ਬੋਲੀ ਬਦਲ ਜਾਂਦੀ ਹੈ ਰਹਿਣ ਸਹਿਣ ਦੇ ਵਿੱਚ ਫਰਕ ਪੈਂਦਾ ਆ ਜਦੋਂ ਇੰਨੀ ਵਰਾਇਟੀ ਦੇ ਵਿੱਚ ਜਦੋਂ ਲੋਕ ਰਹਿ ਰਹੇ ਹੋਣ ਜਿੱਥੇ ਲੋਕਾਂ ਦੇ ਸੱਭਿਆਚਾਰਕ ਤੌਰ 'ਤੇ ਵੱਖਰੇਵੇਂ ਆ ਬੋਲੀ ਦੇ ਭਾਸ਼ਾ ਦੇ ਰਹਿਣ ਸਹਿਣ ਦੇ ਧਰਮ ਦੇ ਤਾਂ ਇਹਦੇ ਵਿੱਚ ਇਹ ਜਿਹੜਾ ਭਾਰਤ ਦਾ ਗੁਲਦਸਤਾ ਸਾਡੇ ਜਿਹੜੇ ਸੰਵਿਧਾਨ ਘਾੜੇ ਸੀਗੇ ਉਹਨਾਂ ਦੇ ਸਾਹਮਣੇ ਵੀ ਇਹ ਜਿਹੜਾ ਸਵਾਲ ਆਇਆ ਸੀਗਾ ਅਤੇ ਉਹਨਾਂ ਨੇ ਬੜੀਆਂ ਲੰਮੀਆਂ ਡਿਸਕਸ਼ਨ ਕੀਤੀਆਂ ਅਤੇ ਉਹਦੇ ਵਿੱਚ ਫਿਰ ਇਹ ਜਿਹੜਾ ਇਹ ਮਾਡਲ ਸੀਗਾ ਇਹ ਕੱਢਿਆ ਸੀਗਾ ਕਿ ਜਿੱਥੇ ਇਵੇਂ ਦਾ ਗੁਲਦਸਤਾ ਬਣਾਓ ਜਿਹਦੇ ਵਿੱਚ ਵੱਖ ਵੱਖ ਜਿਹੜੇ ਸੱਭਿਆਚਾਰ ਨੇ ਵੱਖ ਵੱਖ ਵਿਸ਼ਵਾਸ ਨੇ ਲੋਕਾਂ ਦੇ ਉਹ ਕਾਇਮ ਰਹਿੰਦਾ ਹੋਇਆ ਜਿਹੜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖੀ ਜਾ ਸਕੇ ਇਹ ਉਹਨਾਂ ਦੀ ਭਾਵਨਾ ਸੀਗੀ ਲੇਕਿਨ ਹੁਣ ਥੋੜ੍ਹੇ ਸਮੇਂ ਤੋਂ ਜਿਹੜੇ ਸਾਡੇ ਪੋਲੀਟੀਕਲ ਜਿਹੜੇ ਪਾਰਟੀਆਂ ਨੇ ਉਹਨਾਂ ਕੋਲ ਲੋਕਾਂ ਦੇ ਜਿਹੜੇ ਅਸਲੀ ਮੁੱਦੇ ਆ ਉਹਨਾਂ ਦਾ ਤਾਂ ਕੋਈ ਹੱਲ ਨਹੀਂ ਹੈਗਾ ਬੇਰੁਜ਼ਗਾਰੀ ਹੈ ਭੁੱਖਮਰੀ ਹੈ ਅਸੀਂ 70-72 ਸਾਲ ਦੇ ਬਾਅਦ 33% ਆਬਾਦੀ ਸਾਡੀ ਭੁੱਖੀ ਸੌਂਦੀ ਹੈ ਜਿਹੜੇ ਸਾਡੇ ਬੁਨਿਆਦੀ ਮਸਲੇ ਸੀ ਉਹਨਾਂ ਤੋਂ ਧਿਆਨ ਹਟਾਉਣ ਵਾਸਤੇ ਮੁੱਦੇ ਆ ਜਿਹੜੇ ਧਾਰਮਿਕ ਤੌਰ 'ਤੇ ਜਿਹੜੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਹੁੰਦੇ ਆ ਉਹਨਾਂ ਨੂੰ ਕੇਂਦਰਿਤ ਕੀਤਾ ਜਾਂਦਾ ਆ ਅਤੇ ਉਹਦਾ ਪੰਜਾਬ 'ਚ ਤਾਂ ਵਿਰੋਧ ਹੋਣਾ ਹੀ ਹੋਣਾ ਕਦੇ ਵੀ ਪੰਜਾਬ 'ਚ ਤਾਂ ਬਹੁਤ ਤਿੱਖਾ ਵਿਰੋਧ ਹੋ ਸਕਦਾ ਹੈ ਔਰ ਮੈਨੂੰ ਲੱਗਦਾ ਕਿ ਸਰਕਾਰ ਇਸ ਪੱਧਰ ਤੱਕ ਕਰ ਪਏਗੀ ਕਿਉਂਕਿ ਹਾਲੇ ਤੱਕ ਮੈਨੂੰ ਇਹ ਲੱਗਦਾ ਕਿ ਸਰਕਾਰ ਇਸ ਨੂੰ ਲੰਮਾ ਖਿੱਚੇਗੀ ਕਿਉਂਕਿ ਸਰਕਾਰਾਂ ਦਾ ਹੁੰਦਾ ਕਿ ਵੱਧ ਤੋਂ ਵੱਧ ਉਹਨਾਂ ਨੂੰ ਪੋਲੀਟੀਕਲੀ ਵੋਟਾਂ ਦੇ ਵਿੱਚ ਉਹ ਵੱਧ ਝਾੜ ਮਿਲ ਸਕੇ ਜੋ ਵੀ ਕੁਛ ਕਰਨਾ ਤਾਂ ਉਹ ਇਸ ਬਾਰੇ ਹਿੰਦੂ ਵੋਟ ਬੈਂਕ ਨੂੰ ਕੰਸੋਲੀਡੇਟ ਕਰਨ ਵਾਸਤੇ ਉਹਨਾਂ ਨੂੰ ਇਕੱਠਾ ਕਰਨ ਵਾਸਤੇ ਇਹਦਾ ਮੁੱਦਾ ਜਿਹੜਾ ਜਿਹੜਾ ਲੈ ਕੇ ਆਏਗੀ ਵੋਟਾਂ ਦੇ ਵਿੱਚ ਇਹਨੂੰ ਪ੍ਰੈਕਟੀਕਲ ਲਾਗੂ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਅਸੀਂ ਦੇਖਿਆ ਜਿੰਨੇ ਵੀ ਸਾਡੇ ਚੱਲ ਰਹੇ ਮਸਲੇ ਹੁੰਦੇ ਆ ਉਹ ਹਮੇਸ਼ਾ ਸਾਡੀ ਜਿਹੜੀ ਪ੍ਰਥਾ ਚੱਲ ਰਹੀ ਆ ਉਸ ਮੁਤਾਬਕ ਹੀ ਡੀਲ ਹੁੰਦੇ ਆ ਵੱਖ ਵੱਖ ਸਾਡੀਆਂ ਮੈਰਿਜ ਹੈ ਹਿੰਦੂ ਸਮਾਜ ਵਿੱਚ ਕਿਹੜਾ ਇੱਕ ਮੈਰਿਜ ਐਕਟ ਹੈਗਾ ਉੱਥੇ ਵੀ ਤਾਂ ਦੇਖੋ ਕੋਈ ਵਰਮਾਲਾ ਨਾ ਹੁੰਦਾ ਕੋਈ ਬਹੁਤ ਸਾਰੇ ਤਰੀਕੇ ਆ ਇਸ ਕਰਕੇ ਵੱਖ ਵੱਖ ਜਿਹੜੇ ਸਾਡੇ ਧਰਮ ਦੇ ਭਾਈਚਾਰਿਆਂ ਦੇ ਲੋਕ ਰਹਿੰਦੇ ਆ ਉਹਨਾਂ ਦੇ ਵੱਖਰੇ ਵੱਖਰੇ ਖੇਤ ਹੈ ਉਹਨਾਂ ਨੂੰ ਜਿਹੜਾ ਆ ਡੀਲ ਕਰਨਾ ਹੈਗਾ ਉਹ ਅੱਜ ਦੀ ਘੜੀ ਦੇ ਵਿੱਚ ਇਹ ਜਿਹੜਾ ਸਿਵਲ ਕੋਡ ਸਾਂਝਾ ਬਣਾਉਣ ਦੀ ਯਤਨ ਕੀਤੀ ਜਾ ਰਿਹਾ ਮੈਨੂੰ ਲੱਗਦਾ ਕਿ ਪ੍ਰੈਕਟੀਕਲ ਪੋਸੀਬਲ ਲੱਗਦੇ ਜੀ।